ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਮੈਂ ਤੁਹਾਡਾ ਆਪਣਾ ਸਹਿਰ ਸੰਧੂ। ਕਿਸਾਨ ਵੀਰੋ, ਅੱਜ ਆਪਾਂ ਆਏ ਸੀਗੇ ਕਿਸਾਨ ਮੇਲਾ ਫਰੀਦਕੋਟ। ਫਰੀਦਕੋਟ ਦੇ ਵਿੱਚ ਅੱਜ ਬਹੁਤ ਹੀ ਭਾਰੀ ਕਿਸਾਨ ਮੇਲਾ ਲੱਗਿਆ, ਜ਼ਿਮੀਂਦਾਰ ਵੀ ਬਹੁਤ ਆਏ ਆ। ਤੇ ਅੱਜ ਆਪਾਂ ਜਿਹੜੀ ਸਟਾਲ ਤੇ ਖੜੇ ਆ, ਇਹ ਹੈਗੀ ਆ ਟੂਡੇ ਗਲੋਬਲ ਕੰਪਨੀ। ਬਹੁਤ ਹੀ ਵਧੀਆ ਇਹਦੇ ਪ੍ਰੋਡਕਟ ਆਉਂਦੇ ਆ, ਹਰ ਇੱਕ ਪ੍ਰੋਡਕਟ ਆਉਂਦਾ, ਹਰ ਇੱਕ ਫਸਲ ਤੇ ਕਰਨ ਵਾਲਾ, ਹਰ ਇੱਕ ਟੈਕਨੀਕਲ ਆਉਂਦਾ। ਬਾਕੀ ਆਪਣੇ ਨਾਲ ਡਾਕਟਰ ਸਿਮਰਜੀਤ ਸਿੰਘ ਸੈਣੀ, ਇਹਨਾਂ ਤੋਂ ਹੀ ਜਾਣਕਾਰੀ ਲਵਾਂਗੇ। ਇਹਨਾਂ ਦਾ ਸਾਰਾ ਸਟਾਫ ਅੱਜ ਬਹੁਤ ਵਧੀਆ, ਇਹਨਾਂ ਨੇ ਪੂਰੀ ਮਿਹਨਤ ਕੀਤੀ, ਹਰ ਇੱਕ ਫਾਰਮਰ ਨੇ ਹਰ ਇੱਕ ਫਸਲ ਬਾਰੇ ਸਮਝਾਇਆ। ਤੇ ਇਹਨਾਂ ਨੇ ਹੋਰ ਸਕੀਮ ਰੱਖੀ ਸੀ ਜਿਹਦੇ ਵਿੱਚ ਬਿਲਕੁਲ ਫ੍ਰੀ ਜ਼ਿਮੀਂਦਾਰਾਂ ਦੇ ਕੂਪਨ ਪਾਏ ਗਏ। ਕੂਪਨ ਦੇ ਵਿੱਚ ਜਿਹੜੇ ਇਹਨਾਂ ਨੇ ਪੰਜ ਨਾਮ ਕੱਢਣੇ ਸੀਗੇ, ਪੰਜ ਨਾਮ ਦੇ ਵਿੱਚ ਜਿਹੜੇ ਇਹਨਾਂ ਨੇ ਕੱਢਣੇ ਸੀ ਨਾਮ, ਉਹ ਇਸੇ ਕੰਪਨੀ ਦੇ ਪ੍ਰੋਡਕਟ ਸੀਗੇ, ਉਹ ਵੀ ਇਹਨਾਂ ਨੇ ਬਹੁਤ ਵਧੀਆ ਸਕੀਮ ਰੱਖੀ। ਬਾਕੀ ਆਪਾਂ ਡਾਕਟਰ ਤੋਂ ਵੀ ਲੈਣੇ ਜਾਣਕਾਰੀ। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਬਾਈ ਜੀ, ਠੀਕ ਠਾਕ ਜੀ? ਬਹੁਤ ਵਧੀਆ। ਪਹਿਲਾਂ ਤਾਂ ਬਾਈ ਜੀ ਆਪਣੇ ਬਾਰੇ ਦੱਸੋ ਜੀ। ਬਾਈ, ਮੈਂ ਸਿਮਰਜੀਤ ਸਿੰਘ, ਟੂਡੇ ਗਲੋਬਲ ਕੰਪਨੀ ਤੋਂ। ਇਹਦੇ ਆਪਣੇ ਫਿਲਰੇ ਆਉਂਦੀ ਆ, ਪੈਸਟ ਵੀ ਦੇ ਰਹੇ ਹਾਂ ਆਪਾਂ, ਫਰਟੀਲਾਈਜ਼ਰ ਵੀ ਦੇ ਰਹੇ ਹਾਂ, ਬਾਇਓ ਪ੍ਰੋਡਕਟ ਵੀ ਆਉਂਦੇ ਆ ਆਪਣੇ ਅਲੱਗ ਅਲੱਗ, ਯਾਨੀ ਕਿ ਹਰ ਇੱਕ ਕ੍ਰੋਪ ਵਾਸਤੇ ਪ੍ਰੋਡਕਟ ਦੇ ਰਹੀ ਕੰਪਨੀ। ਠੀਕ ਹੈ ਜੀ। ਤੇ ਬਾਈ, ਜਿਵੇਂ ਹੁਣ ਮੰਨ ਲਓ ਝੋਨਾ ਗੋਹ ਤੇ ਆ। ਹਾਂਜੀ, ਗੋਹ ਤੇ ਇੱਕ ਤਾਂ ਜ਼ਿਮੀਂਦਾਰ ਕਰਦੇ ਆ ਸਪਰੇ ਦੇ, ਸਾਡੇ ਫੋਕ ਘੱਟ ਬਣੇ ਤੇ ਦਾਣਾ ਕੁਆਲਿਟੀ ਵਾਲਾ ਬਣੇ। ਹਾਂਜੀ, ਇੱਕ ਤਾਂ ਸਾਨੂੰ ਉਹ ਪ੍ਰੋਡਕਟ ਬਾਰੇ ਦੱਸੋ ਜੀ, ਤੇ ਦੂਸਰਾ ਜਿਵੇਂ ਹੁਣ ਕਾਲੇ ਤਿਲ ਦੀ ਸਮੱਸਿਆ ਆਊਗੀ ਝੋਨੇ ਦੇ ਵਿੱਚ ਮੁੱਢਾਂ 'ਚ। ਠੀਕ ਹੈ, ਠੀਕ ਹੈ। ਤੇ ਫੰਗਸ ਵੀ, ਇਹ ਸਾਨੂੰ ਪ੍ਰੋਡਕਟ ਦਿਖਾਓ ਵੀ ਕਿਹੜੇ ਕਿਹੜੇ ਤੁਸੀਂ ਲੈ ਕੇ ਆਏ ਆ ਤੇ ਕੀ ਕੀ ਉਹਨਾਂ 'ਚ ਟੈਕਨੀਕਲ ਆ, ਕਿੰਨੇ ਦਿਨਾਂ ਦਾ ਰਿਜ਼ਲਟ ਹੈ ਜੀ। ਸਭ ਤੋਂ ਪਹਿਲਾਂ ਸਾਨੂੰ ਫੋਕ ਬਾਰੇ ਦੱਸੋ ਜੀ। ਝੋਨੇ ਇਸ ਟਾਈਮ ਜਿਵੇਂ ਫੋਕ ਪੈਂਦੀ ਆ, ਯਾਨੀ ਕਿ ਹੁਣ ਭੂਗੋਲੇ ਤੇ ਆਪਾਂ ਇਹ ਪ੍ਰੋਡਕਟ ਕਰ ਸਕਦੇ ਹਾਂ ਗਲੋਬਲ ਗਰੋਥ। ਇਹ ਐਨ ਪੀ ਕੇ ਹੈ 6018। ਇਹਦੇ ਬਾਕੀ ਵੀ ਤੱਤ ਦੇ ਵਿੱਚ ਸਾਰੀ ਹੈ, ਜਿਵੇਂ ਕਾਪਰ, ਮੈਗਨੀਸ਼ੀਅਮ, ਬੋਰਨ, ਸਾਰੇ ਤੱਤ ਦੇ ਵਿੱਚ ਇਸ ਟਾਈਮ ਭੂਗੋਲੇ ਤੇ ਆਪਾਂ ਇਹ ਸਪਰੇ ਕਰ ਸਕਦੇ ਹਾਂ। ਇਹ ਨਾਲ ਕੀ ਆ, ਸਪਰੇ ਕਰਨ ਨਾਲ ਇੱਕ ਤਾਂ ਫੋਕ ਘੱਟ ਪਊਗੀ, ਯਾਨੀ ਕਿ ਦਾਣਾ ਨਿੱਗਰ ਤੇ ਕੁਆਲਿਟੀ ਬਹੁਤ ਬੈਸਟ ਬਣੂਗੀ। ਇਹਦੀ ਬਾਈ ਜੀ ਡੋਜ਼ ਦੀ ਗੱਲ ਕਰੀਏ, ਡੋਜ਼ ਇਹਦੀ ਹੈਗੀ 250 ml, 4 ਕਿਲੋ ਲੀਟਰ ਹੈ। ਇਹਨੂੰ ਆਪਾਂ ਇਕੱਲਿਆਂ ਵੀ ਕਰ ਸਕਦੇ ਹਾਂ ਤੇ ਆਪਾਂ ਇਹ ਜਿਵੇਂ ਆਪਾਂ ਪੈਸਟ ਯੂਜ਼ ਕਰਦੇ ਹਾਂ ਉਹਦੇ ਵਿੱਚ ਮਿਲਾ ਕੇ ਵੀ ਕਰ ਸਕਦੇ ਹਾਂ। ਇਹਦਾ ਘੋਲ ਅਲੱਗ ਬਣੂਗਾ ਤੇ ਡਰੰਮੀ 'ਚ ਪਾ ਸਕਦੇ ਹਾਂ ਆਪਾਂ। ਠੀਕ ਹੈ ਜੀ, ਦੂਜੀ ਬਾਈ ਨਾਲ ਮਿਕਸ ਕਰਕੇ। ਓਕੇ, ਤੇ ਦੂਸਰਾ ਬਾਈ ਜੀ, ਇੱਕ ਮਿੰਟ ਬਾਈ ਜੀ ਦੱਸਦੇ ਹਾਂ, ਸਾਰਾ ਦੱਸਦੇ ਹਾਂ ਸਾਨੂੰ। ਫੰਗੀ ਸਾਈਡ ਦੱਸੋ ਆਪਣਾ ਕਿਹੜਾ ਲੈ ਕੇ ਆਏ ਜੀ? ਫੰਗੀ ਸਾਈਡ ਆਪਣਾ ਹੈਗਾ ਪ੍ਰੀਮੀਅਮ। ਠੀਕ ਹੈ ਜੀ। ਇਹਦੇ ਵਿੱਚ ਆਇਓਕਸੀਸਟੋਮਿਨ ਪਲੱਸ ਟੈਬੂਕੋਨਾਜ਼ੋਲ ਹੈ। ਠੀਕ ਹੈ ਜੀ। ਇਹ ਆਪਣਾ ਸ਼ੀਟ ਬਲੇਡ ਤੇ ਕੰਮ ਕਰਦਾ ਜੀ। ਠੀਕ ਹੈ ਬਾਈ। ਇਹ ਝੋਨੇ ਨੂੰ ਹਰਾ ਭਰਾ ਵੀ ਰੱਖੂਗਾ। ਠੀਕ ਹੈ ਜੀ। ਫੰਗਸ ਦਾ ਪੂਰਾ ਫੁੱਲ ਰਿਜ਼ਲਟ ਹੈ ਬਾਈ। ਠੀਕ ਹੈ ਬਾਈ। ਠੀਕ ਆ, ਕਹਿਣ ਦੀ ਕੁਆਲਿਟੀ ਇਸਤੇ ਵਧੀਆ ਹੈ। ਠੀਕ ਹੈ ਜੀ। ਤੇ ਇੱਕ ਦਵਾਈ ਆਉਂਦੀ ਹੈ ਆਪਣੀ ਚੈਕਰਸ। ਠੀਕ ਹੈ ਜੀ। ਇਹ ਹੈਗੀ ਤੇਲੇ ਤੋਂ। ਠੀਕ ਹੈ, ਬਰਾਊਨ ਤੇ ਵਾਈਟ ਤੇਲੇ ਤੇ ਪੂਰਾ ਵਧੀਆ ਰਿਜ਼ਲਟ ਹੈ ਦਾ, 15-20 ਦਿਨ ਦਾ ਰਿਜ਼ਲਟ ਹੈ ਦਾ। ਇਹ ਦੋ ਬਾਈ ਜੀ, ਦੋ ਜਿਹੜੀ ਹੈਗੀ 120 ਗ੍ਰਾਮ ਕਿਲੇ ਦੀ। ਠੀਕ ਹੈ ਜੀ। ਹਾਂਜੀ, ਠੀਕ ਹੈ ਬਾਈ। ਤੇ ਹੋਰ ਬਾਈ ਕੋਈ ਦੱਸ ਦਿੰਦਾ ਆਪਣਾ ਪ੍ਰੋਡਕਟ ਜਿਹਾ ਕੋਰਾ ਜਿਹਾ ਨਾ ਜੀ? ਹਾਂ, ਬਾਕੀ ਆਪਣੀ ਇੱਕ ਐਕੋਨਟ ਆ ਰਹੀ ਆ, ਇਹ ਆਪਣਾ 60 ml ਕਿਲੇ ਦੀ ਪੈਂਦੀ ਹੈ ਜੀ, ਤੇ ਇਹਦਾ ਵੀ ਆਪਣਾ ਗੋਹ ਸੁੰਡੀ ਤੇ ਬਹੁਤ ਐਕਸਲੈਂਟ ਰਿਜ਼ਲਟ ਹੈ। ਠੀਕ ਹੈ ਜੀ। ਠੀਕ ਹੈ ਜੀ। ਤੇ ਜਿਹੜੀ ਬਾਈ ਜੀ ਇਹ ਆਪਣੀ ਆ ਰਹੀ ਆ ਰੈਂਚੋ, ਇਹ ਆਪਾਂ 70-80 ਗ੍ਰਾਮ ਕਿਲੇ ਦੀ ਪਵਾ ਰਹੇ ਹਾਂ, ਇਹ ਪੱਕਾ ਲਪੇਟ ਗੋਹ ਸੁੰਡੀ ਤੇ ਬਹੁਤ ਐਕਸਲੈਂਟ ਰਿਜ਼ਲਟ ਆ। ਠੀਕ ਹੈ ਜੀ। ਤੇ ਬਾਈ ਜੀ, ਜਿਵੇਂ ਹੁਣ ਤੁਸੀਂ ਅੱਜ ਇੱਕ ਸਕੀਮ ਚਲਾ ਰਹੇ ਸੀ ਵੀ ਜਿਹੜੇ ਨਾਮ ਕੱਢਣੇ ਸੀਗੇ, ਹਾਂਜੀ, ਉਹਦੇ ਬਾਰੇ ਦੱਸੋ ਜ਼ਿਮੀਂਦਾਰਾਂ ਨੂੰ ਵੀ ਕਿਵੇਂ ਕਰ ਸੁਭਾ ਦੇ ਕੂਪਨ ਪਾ ਰਹੇ ਆ। ਠੀਕ ਹੈ ਜੀ। ਠੀਕ ਹੈ, ਆਪਾਂ ਪੰਜ ਨਾਮ ਕੱਢਨੇ ਆ। ਠੀਕ ਹੈ ਜੀ। ਹਾਂ, ਘੰਟੇ ਘੰਟੇ ਬਾਅਦ ਨਾਮ ਕੱਢ ਰਹੇ ਆ ਆਪਾਂ ਇੱਕ ਕੂਪਨ ਤੇ, ਆਪਾਂ ਅਲੱਗ ਅਲੱਗ ਪ੍ਰੋਡਕਟ ਰੱਖੇ ਹੋਏ ਆ। ਠੀਕ ਹੈ ਜੀ। ਜਿਵੇਂ ਪਹਿਲਾਂ ਆਪਾਂ ਅਬਾਨ ਕੱਢ ਚੁੱਕੇ ਆ। ਠੀਕ ਹੈ ਜੀ, ਦੋ ਕੱਢ ਚੁੱਕੇ। ਹਾਂ, ਤੇ ਇੱਕ ਤੁਰ ਤੱਕ। ਠੀਕ ਹੈ ਜੀ। ਹਾਂ, ਤੇ ਹੁਣ ਆਪਾਂ ਇੱਕ ਤਾਂ ਪ੍ਰੀਮੀਅਮ ਕੱਢਣਾ ਜੀ। ਠੀਕ ਹੈ ਜੀ। ਤੇ ਇੱਕ ਐਕੋਨੈਟ ਕੱਢਣਾ ਜੀ। ਠੀਕ ਹੈ ਜੀ। ਇੱਕ ਡੈਕਟਰ। ਠੀਕ ਹੈ ਜੀ। ਹਾਂਜੀ, ਜੇ ਬਾਈ ਜੀ ਮੰਨ ਲਓ ਆਪਣੇ ਕਿਸਾਨ ਵੀਰ ਮੰਨ ਲਓ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਦੇਖ ਰਹੇ ਆ, ਉਹਨਾਂ ਨੇ ਤੁਹਾਡਾ ਪ੍ਰੋਡਕਟ ਵਰਤਣਾ ਹੋਵੇ, ਹਰ ਇੱਕ ਮਾਰਕੀਟ ਹਰ ਇੱਕ ਜ਼ਿਲ੍ਹੇ ਚ ਮਿਲੂ? ਹਾਂ, ਮਿਲੂਗਾ। ਠੀਕ ਹੈ ਜੀ। ਕੋਈ ਆਪਣਾ ਟੂਲ ਫ੍ਰੀ ਨੰਬਰ ਹੈ ਜੀ?
ਕੰਪਨੀ ਦਾ ਹੈਗਾ ਜੀ। ਠੀਕ ਹੈ ਜੀ, ਉਹ ਕਿਸਾਨ ਵੀਰੋ ਆਪਾਂ ਸਕਰੀਨ ਤੇ ਚਲਾ ਦਿੰਦੇ ਹਾਂ, ਸਕਰੀਨ ਤੇ ਟੋਲ ਫ੍ਰੀ ਨੰਬਰ ਕੰਪਨੀ ਦਾ ਚੱਲ ਰਿਹਾ, ਤੁਸੀਂ ਕਿਸੇ ਵੀ ਪ੍ਰੋਡਕਟ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਉਸ ਨੰਬਰ ਤੇ ਕਾਲ ਕਰਕੇ ਕਿਸੇ ਵੀ ਜ਼ਿਲ੍ਹੇ ਤੋਂ ਦੇਖ ਰਹੇ ਹੋ ਕਿਸੇ ਵੀ ਡਿਸਟ੍ਰਿਕਟ ਤੋਂ ਤਾਂ ਤੁਸੀਂ ਲੈ ਸਕਦੇ ਹੋ। ਤੇ ਕਿਸਾਨ ਵੀਰਾਂ ਨੇ ਕੂਪਨ ਪਾਏ ਸੀਗੇ ਉਹ ਮੇਲੇ ਦੇ ਵਿੱਚ, ਮੇਲਾ ਹੀ ਦੇਖ ਰਹੇ ਸੀਗੇ ਤੇ ਉਹਨਾਂ ਦੇ ਜਿਹੜੇ ਨੰਬਰ ਆਪਾਂ ਪਰਚੀ ਤੇ ਲਿਖਾਇਆ ਸੀਗਾ ਤੇ ਫੋਨ ਕਰ ਕਰਕੇ ਆਪਾਂ ਸੱਦ ਰਹੇ ਹਾਂ। ਹੁਣ ਇਹ ਜਿਹੜੇ ਜ਼ਿਮੀਂਦਾਰ ਤੀਜੇ ਜ਼ਿਮੀਂਦਾਰ ਫੇਰ ਆ ਗਏ ਆ, ਇਹਨਾਂ ਨੂੰ ਵੀ ਨਾਮ ਨਿਕਲੇ, ਆਪਾਂ ਇਹਨਾਂ ਤੋਂ ਹੀ ਪੁੱਛਦੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਕਿਹੜੇ ਪਿੰਡ ਪਾਏ ਤੁਸੀਂ? ਸੀਰ ਵਾਲੀ ਪਿੰਡ ਹੈ। ਠੀਕ ਹੈ ਜੀ, ਤੇ ਸੁਬਾ ਫਿਰ ਕੂਪਨ ਇੱਕ ਪਾਏ ਸੀਗੇ ਦੋ ਜੀ? ਇੱਕ ਹੀ ਪਾਇਆ। ਠੀਕ ਹੈ ਜੀ, ਤੇ ਤੁਹਾਨੂੰ ਨਾਮ ਨਿਕਲੇ 2000 ਪਰਚੀ ਚੋਂ ਤੁਹਾਨੂੰ ਨਾਮ ਨਿਕਲਿਆ ਜੀ, ਕਿਵੇਂ ਲੱਗਦਾ ਜੀ? ਮਨ ਨੂੰ ਖੁਸ਼ੀ ਹੁੰਦੀ ਹੈ ਜੀ? ਬਹੁਤ ਹੁੰਦੀ ਹੈ। ਸਾਨੂੰ ਵੀ ਬਹੁਤ ਖੁਸ਼ੀ ਹੋਈ ਜੀ, ਤੁਹਾਨੂੰ ਨਾਮ ਨਿਕਲਿਆ, ਬਹੁਤ ਬਹੁਤ ਵਧਾਈਆਂ ਜੀ। ਤੇ ਹੋਰ ਬਾਈ ਕੋਈ ਕੁਸ ਕੰਪਨੀ ਬਾਰੇ ਕਹਿਣਾ ਚਾਹੁੰਦੇ ਵੀ ਇਹਨੇ ਜਿਹੜੀ ਸਕੀਮ ਰੱਖੀ ਹੈ ਬਈ ਜ਼ਿਮੀਂਦਾਰਾਂ ਨੂੰ ਇੱਕ ਮਾਨਤਾ ਨਹੀਂ ਹੁੰਦਾ? ਹਾਂਜੀ ਹਾਂਜੀ। ਕਿਵੇਂ ਲੱਗਦਾ ਜੀ ਕੰਪਨੀ ਦਾ? ਵਧੀਆ ਲੱਗੇ ਤੁਹਾਨੂੰ? ਠੀਕ ਹੈ, ਬਹੁਤ ਵਧੀਆ ਲੱਗਦਾ। ਠੀਕ ਹੈ ਜੀ। ਤੁਸੀਂ ਬਾਈ ਜੀ ਬਾਈ ਤੁਹਾਨੂੰ ਨਿਕਲਿਆ ਪ੍ਰੀਮੀਅਰ? ਠੀਕ ਹੈ ਜੀ। ਇਹ ਬਹੁਤ ਯਾਨੀ ਕਿ ਐਕਸੀਲੈਂਟ ਫੰਗੀਸਾਈਡ ਆ। ਹਾਂਜੀ, ਜ਼ਿਮੀਂਦਾਰ ਮੰਗ ਕੇ ਲੈਂਦਾ ਇਹ ਪ੍ਰੀਮੀਅਰ ਬਾਈ ਨੇ। ਸ਼ੀਟ ਬਲੈਡ ਵਾਸਤੇ ਬਹੁਤ ਵਧੀਆ ਰਿਜ਼ਲਟ ਹੈਗਾ, ਝੋਨੇ ਦੇ ਵੀ ਕਰ ਸਕਦੇ ਇਹਨੂੰ, ਬਾਸਮਤੀ ਵੀ ਕਰ ਸਕਦੇ। ਠੀਕ ਹੈ। ਠੀਕ ਹੈ ਬਾਈ, ਧੰਨਵਾਦ ਜੀ, ਵਧਾਈਆਂ ਤੁਹਾਨੂੰ ਬਹੁਤ। ਵੀਰੋ ਅਗਲੇ ਕਿਸਾਨ ਵੀਰ ਵੀ ਆ ਗਏ ਆ, ਇੱਕ ਇਹਨਾਂ ਨੂੰ ਨਾਮ ਨਿਕਲਿਆ, ਇਹ ਆਇਆ ਮਾਨਸਾ ਏਰੀਏ ਤੋਂ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ, ਤੁਸੀਂ ਫਰੀਦਕੋਟ ਏਰੀਏ ਤੋਂ ਇੰਨੀ ਦੂਰੋਂ ਚੱਲ ਕੇ ਆਏ ਹੋ। ਤੇ ਬਾਈ ਜੀ ਸੁਬਾਹ ਫਿਰ ਕਿੰਨੇ ਕੁ ਵਜੇ ਆ ਗਏ ਸੀ ਮੇਲੇ ਤੇ? ਅਸੀਂ ਵੀਰੇ 9 ਵਜੇ ਪਹੁੰਚ ਗਏ। ਠੀਕ ਹੈ ਜੀ, ਕੌਣ ਕੌਣ ਕਿੰਨੇ ਕਿੰਨੇ ਜ਼ਿਮੀਂਦਾਰ ਆਏ ਤੁਸੀਂ ਉਧਰੋਂ ਜੀ? 3 ਜੀ। ਠੀਕ ਹੈ ਜੀ, 3 ਜਾਣੇ। ਤੇ ਸੁਬਾਹ ਬਾਈ ਜਦੋਂ ਫਿਰ ਤੁਸੀਂ ਕੂਪਨ ਪਾਉਣ ਲੱਗੇ, ਤੁਹਾਨੂੰ ਲੱਗਦਾ ਵੀ ਅੱਜ ਕੂਪਨ ਨਿਕਲੂਗਾ ਕਿਸਮਤ ਵਿੱਚ ਪਾਉਣਾ? ਨਹੀਂ ਜੀ। ਠੀਕ ਹੈ ਜੀ, ਚਲੋ ਬਹੁਤ ਵਧੀਆ, ਸਾਨੂੰ ਬਹੁਤ ਖੁਸ਼ੀ ਤੁਹਾਨੂੰ ਕੂਪਨ ਨਿਕਲਿਆ, ਤੇ ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ। ਕਿਵੇਂ ਲੱਗਦਾ ਜੀ ਤੁਹਾਨੂੰ ਅੱਜ ਫਰੀਦਕੋਟੋਂ ਇੱਕ ਕਿਸਮਤ ਜਮਾਈ ਹੈ 2000 ਬੰਦੇ ਜੀ ਤੁਹਾਨੂੰ, ਕਿੰਨੀ ਖੁਸ਼ੀ ਹੋ ਰਹੀ ਹੈ? ਖੁਸ਼ੀ ਹੈ ਜੀ, ਬਹੁਤ ਖੁਸ਼ੀ ਹੈ ਜੀ। ਠੀਕ ਹੈ ਜੀ, ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ। ਠੀਕ ਹੈ ਜੀ, ਧੰਨਵਾਦ ਜੀ। ਕਿਸਾਨ ਵੀਰੋ, ਇਹਨਾਂ ਕਿਸਾਨ ਇਹਨਾਂ ਇਹ ਕਿਸਾਨ ਭਰਾ ਨੇ ਜਿਹੜਾ ਕੂਪਨ ਪਾਇਆ ਸੀਗਾ ਤੇ ਇਹਨਾਂ ਨੂੰ ਕੂਪਨ ਨਿਕਲਿਆ, ਆਪਾਂ ਇਹਨਾਂ ਨੂੰ ਪੁੱਛਦੇ ਹਾਂ ਬਾਈ ਜੀ ਨੂੰ ਵੀ ਤੁਹਾਨੂੰ ਕਿਵੇਂ ਲੱਗਿਆ ਤੇ ਕਿੰਨੇ ਕੂਪਨ ਪਾਏ ਸੀਗੇ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਬਾਈ ਜੀ ਆਪਣਾ? ਸੁਖਜਿੰਦਰ ਸਿੰਘ ਜੀ। ਪਿੰਡ ਬਾਈ ਜੀ? ਹਰਦੀਪ ਸਿੰਘ ਵਾਲਾ ਜੀ। ਠੀਕ ਹੈ ਜੀ, ਤੇ ਅੱਜ ਸੁਬਾਹ ਪਾਇਆ ਸੀ ਕੂਪਨ ਜੀ? ਹਾਂਜੀ, ਬਸ 11 ਵਜੇ ਦਸ ਪਾਇਆ ਸੀ। ਠੀਕ ਹੈ ਜੀ, ਜਦੋਂ ਕੂਪਨ ਪਾਉਣ ਲੱਗੇ ਸੀ ਵੀ ਕਾਇਆ ਦਿਮਾਗ ਚ ਵੀ ਅੱਜ ਨਿਕਲੂਗਾ ਜਾਂ ਨਹੀਂ? ਉਮੀਦ ਸੀਗੀ ਵੀ ਅਕਸਰ ਕੂਪਨ ਪਾਇਆ ਵੀ ਨਿਕਲੂਗਾ ਜੀ। ਠੀਕ ਹੈ ਵੀ, ਤੁਹਾਨੂੰ ਖੁਸ਼ੀ ਆ ਬਈ? ਹਾਂਜੀ, ਬਹੁਤ ਜੀ। ਇੱਕ ਇਹ ਵੀ ਕਿਸਮਤ ਜਮਾਈ ਹੈ ਤੁਸੀਂ ਵੀ 2000 ਪਰਚੀ ਪਈ ਵੀ ਤੁਹਾਨੂੰ ਨਿਕਲੇ, ਵੀ ਕਿਸਮਤ ਤੁਹਾਡੀ ਲੱਕੀ ਸੀਗੀ। ਹਾਂਜੀ 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 ਹਾਂ, ਸਾਨੂੰ ਵੀ ਬਹੁਤ ਖੁਸ਼ੀ ਹੋਈ ਬਈ ਤੁਹਾਨੂੰ ਕੂਪਨ ਨਿਕਲਿਆ, ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ। ਬਹੁਤ ਬਹੁਤ ਵਧਾਈਆਂ। ਕਿਵੇਂ ਲੱਗੇ ਤੁਹਾਨੂੰ? ਬਹੁਤ ਵਧੀਆ ਲੱਗੇ, ਬਹੁਤ ਵਧੀਆ। ਦਵਾਈ ਵੀ ਬਹੁਤ ਵਧੀਆ ਜੀ। ਠੀਕ ਹੈ, ਤੁਸੀਂ ਆਖਿਆ ਦਵਾਈ ਬਹੁਤ ਵਧੀਆ ਕੰਮ ਕਰਦੀ ਹੈ। ਠੀਕ ਹੈ, ਆਪੇ ਪਤਾ ਲੱਗ ਜੂਗਾ ਬਾਈ ਕਿਵੇਂ। ਠੀਕ ਹੈ ਜੀ, ਹਾਂਜੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ। ਅਗਲੇ ਫਿਰ ਜ਼ਿਮੀਂਦਾਰ ਆ ਗਏ ਜਿਨ੍ਹਾਂ ਨੂੰ ਕੂਪਨ ਨਿਕਲਿਆ, ਤੇ ਇਹਨਾਂ ਤੋਂ ਵੀ ਆਪਾਂ ਪੁੱਛਦੇ ਹਾਂ ਵੀ ਕਿਹੜੇ ਪਿੰਡੋਂ ਆਏ ਤੇ ਕੀ ਤੁਹਾਡਾ ਨਾਮ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਬਾਈ ਜੀ ਆਪਣਾ? ਅਮਨਦੀਪ ਸਿੰਘ। ਠੀਕ ਹੈ, ਕਿਹੜੇ ਪਿੰਡੋਂ ਆਏ ਜੀ? ਪਿੰਡ ਸੀਰ ਵਾਲੀ ਤੋਂ। ਲੈ ਬਾਈ, ਅੱਗੇ ਪਹਿਲਾਂ ਵਾਲੇ ਜ਼ਿਮੀਂਦਾਰ ਵੀ ਸੀਰ ਵਾਲੀ ਤੋਂ ਸੀ, ਇਹ ਵੀ ਬਾਈ ਸੀਰ ਵਾਲੀ ਵਾਲੇ 2 ਲੈ ਗਏ ਕੂਪਨ, ਤੇ ਬਹੁਤ ਸਾਨੂੰ ਬਾਈ ਖੁਸ਼ੀ ਹੋਈ ਤੁਹਾਨੂੰ, ਬਹੁਤ ਬਹੁਤ ਵਧਾਈਆਂ ਬਾਈ। ਕਿਵੇਂ ਲੱਗਿਆ ਵੀ ਤੁਹਾਨੂੰ ਕੰਪਨੀ ਦਾ ਪ੍ਰੋਡਕਟ ਬਾਰੇ ਤੁਸੀਂ ਸਮਝਿਆ, ਤੇ ਜਿਹੜੇ ਕੂਪਨ ਪਾਏ ਗਏ ਆ ਉਹ ਸਕੀਮ ਕਿਵੇਂ ਲੱਗੀ? ਬਹੁਤ ਵਧੀਆ। ਤੇ ਜਿਹੜੇ ਕੂਪਨ ਕੱਢੇ ਬਾਈ, ਕੂਪਨ ਸਹੀ ਕੱਢੇ ਕੋਈ ਏਰਾ? ਸਹੀ ਕੱਢੇ ਜਮਾ, ਸਹੀ ਕੱਢੇ। ਠੀਕ ਹੈ ਜੀ, ਠੀਕ ਹੈ ਬਾਈ ਜੀ, ਬਹੁਤ ਬਹੁਤ ਵਧਾਈਆਂ ਤੁਹਾਨੂੰ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਬਾਕੀ ਠੀਕ ਹੈ ਬਾਈ ਜੀ, ਧੰਨਵਾਦ ਜੀ। ਠੀਕ ਹੈ, ਧੰਨਵਾਦ। ਠੀਕ ਹੈ ਕਿਸਾਨ ਵੀਰੋ, ਸਤਿ ਸ਼੍ਰੀ ਅਕਾਲ ਜੀ।